ਹੈਲੋ, ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਸਾਰਿਆਂ ਦਾ ਸਵਾਗਤ ਹੈ YouTube ਚੈਨਲ ਦੇ ਪਲੇਟਫਾਰਮ ਦੇ ਉੱਪਰ। ਦੋਸਤੋ, ਤੁਹਾਨੂੰ ਬਹੁਤ ਹੀ ਘੈਂਟ ਘੈਂਟ ਕੁਐਸਚਨ ਇਸ ਤੋਂ ਪਹਿਲਾਂ ਦਿੱਤੇ ਗਏ ਹਨ, ਜੋ ਕਿ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਤੁਹਾਡੇ ਪੇਪਰ ਦੇ ਲਈ। ਤੁਹਾਨੂੰ ਪਤਾ ਲੱਗ ਹੀ ਗਿਆ ਹੋਵੇਗਾ ਕਿ PSSB ਨੇ ਦੋਸਤੋ ਐਗਜ਼ਾਮ ਡੇਟ ਅਨਾਊਂਸ ਕਰ ਦਿੱਤੀਆਂ ਹਨ, ਤਾਂ ਕੁਐਸਚਨ ਤਾਂ ਕਰਨੇ ਬੰਦ ਹਨ, ਅਤੇ ਉਹ ਵੀ ਉਹੀ ਕਰਨੇ ਬੰਦ ਹਨ ਜੋ ਪੇਪਰਾਂ ਦੇ ਵਿੱਚ ਵਾਰ ਵਾਰ ਰਿਪੀਟ ਹੋ ਰਹੇ ਹਨ। ਤਾਂ ਦੋਸਤੋ, ਤੁਹਾਡੇ ਲਈ ਹੀ ਬੜੇ ਘੈਂਟ ਕੁਐਸਚਨ ਲਿਆਂਦੇ ਗਏ ਹਨ SSC ਦੇ ਵਿੱਚ ਆਏ ਕੁਐਸਚਨ, ਜੋ ਕਿ PSSB ਦਾ ਬਾਪ ਹੈ, ਉਸ ਤੋਂ ਕੀ ਹੈ ਕੁਐਸਚਨ ਲੈ ਕੇ ਆ ਰਿਹਾ, ਅਤੇ PSSB ਤੁਹਾਡੇ ਸਾਹਮਣੇ ਰੱਖ ਰਿਹਾ ਹੈ, ਅਤੇ ਤੁਹਾਡੇ ਲਈ ਕੀ ਉਹ ਕੁਐਸਚਨ ਨਵਾਂ ਬਣ ਜਾਂਦਾ। ਬਟ ਦੋਸਤੋ, ਜੇਕਰ ਪਹਿਲਾਂ ਹੀ ਕੀਤੇ ਹੋਣਗੇ ਉਹ ਕੁਐਸਚਨ, ਤਾਂ ਤੁਹਾਡੇ ਲਈ ਕੀ ਉਹ ਕੁਐਸਚਨ ਪੁਰਾਣਾ ਹੀ ਰਹੇਗਾ। ਤਾਂ ਚੱਲਦੇ ਹਾਂ ਆਪਾਂ ਪਹਿਲੇ ਕੁਐਸਚਨ 'ਤੇ। ਉਸ ਤੋਂ ਪਹਿਲਾਂ ਤੁਹਾਨੂੰ ਮੈਂ ਦੱਸ ਦੇਵਾਂ ਕਿ ਜੇਕਰ ਚੈਨਲ 'ਤੇ ਨਿਊ ਵਿਊਵਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ, ਦੱਬ ਕੇ ਸ਼ੇਅਰ ਕਰ ਦਿਓ, ਅਤੇ ਜੇਕਰ ਵੀਡੀਓ ਵਧੀਆ ਲੱਗੀ ਇਸ ਨੂੰ ਲਾਈਕ ਜ਼ਰੂਰ ਕਰ ਦਿਓ। ਦੋਸਤੋ, ਬਸ ਇੰਨਾ ਕੰਮ ਕਰਨਾ ਲਾਈਕ ਦਾ, ਅਤੇ ਆਪਾਂ ਚੱਲਦੇ ਹਾਂ ਪਹਿਲੇ ਕੁਐਸਚਨ 'ਤੇ। ਪਹਿਲੇ ਕੁਐਸਚਨ ਦੀ ਗੱਲ ਕੀਤੀ ਜਾਵੇ ਤਾਂ ਦੋਸਤੋ, ਆਹ ਤਾਂ ਜੋ ਕੁਐਸਚਨ ਕੱਲ੍ਹ ਆਪਾਂ ਕਰ ਲਏ ਸਨ, ਤਾਂ ਅੱਜ ਆਪਾਂ ਨੈਕਸਟ ਕੁਐਸਚਨ ਦੀ ਗੱਲ ਕਰਾਂਗੇ, ਕਿਉਂਕਿ ਜੋ ਕੁਐਸਚਨ ਹੋ ਚੁੱਕੇ ਹਨ ਉਹਨਾਂ 'ਤੇ ਜ਼ਿਆਦਾ ਟਾਈਮ ਕਰਨ ਖਰਾਬ ਕਰਨ ਦਾ ਸਾਨੂੰ ਕੋਈ ਫਾਇਦਾ ਨਹੀਂ ਹੈ। ਤਾਂ ਇਸ ਤੋਂ ਵਧੀਆ ਸਰ ਜੀ, ਤੁਸੀਂ ਕੁਐਸਚਨ ਹੋਰ ਕਰਾਓ। ਤਾਂ ਹਾਂਜੀ, ਓਬਵੀਅਸ ਕਿ ਕੁਐਸਚਨ ਹੋਰ ਕਰਾਏ ਜਾਣਗੇ। ਤਾਂ ਉਸ ਤੋਂ ਪਹਿਲਾਂ ਆਪਾਂ ਕੱਲ੍ਹ ਵਾਲਾ ਜੋ ਕਿ ਅਸੀਂ ਸ਼ੁਰੂਆਤ ਕਰਦੇ ਹਾਂ, ਅਤੇ ਤੁਸੀਂ ਵੀ ਦੋਸਤੋ ਪੇਪਰ ਦੇ ਵਿੱਚ ਸ਼ੁਰੂਆਤ ਕਰਨੀ ਹੈ ਹਮੇਸ਼ਾ ਈਜੀ ਪੋਰਸ਼ਨ ਤੋਂ, ਅਤੇ ਆਪਾਂ ਵੀ ਵੀਡੀਓ ਦੀ ਸਟਾਰਟ ਕਰਦੇ ਹਾਂ ਈਜੀ ਕੁਐਸਚਨ ਤੋਂ, ਤਾਂ ਜੋ ਕੀ ਆ ਸਾਰਿਆਂ ਨੂੰ ਆਉਂਦਾ ਹੋਵੇ ਇਹ ਕੁਐਸਚਨ, ਅਤੇ ਕੌਨਫੀਡੈਂਸ ਉਹਨਾਂ ਦਾ ਬਣ ਜਾਵੇ, ਅਤੇ ਅੱਗੇ ਜਿਵੇਂ ਜਿਵੇਂ ਕੁਐਸਚਨ ਆਉਂਦੇ ਰਹਿਣਗੇ ਤੁਸੀਂ ਉਹਨਾਂ ਨੂੰ ਕੀ ਹੈ ਸਹੀ ਹੀ ਕਰੋਗੇ। ਦੋਸਤੋ, ਤਾਂ ਪਹਿਲਾ ਕੁਐਸਚਨ ਕਹਿੰਦਾ, ਕੂਕਾ ਅੰਦੋਲਨ ਹੇਠ ਲਿਖਿਆਂ ਵਿੱਚੋਂ ਕਿਸ ਥਾਂ 'ਤੇ ਹੋਇਆ ਸੀ? ਤਾਂ ਇਸ ਦਾ ਜੋ ਰਾਈਟ ਆਂਸਰ ਹੈ, ਕੂਕਾ ਅੰਦੋਲਨ ਹੋਇਆ ਸੀ ਪੰਜਾਬ ਦੇ ਵਿੱਚ, ਜੋ ਕਿ ਅਸੀਂ ਕੱਲ੍ਹ ਵੀ ਕੁਐਸਚਨ ਕੀਤਾ ਸੀ। ਅਤੇ ਪੰਜਾਬ ਦੇ ਵਿੱਚ ਕਿੱਥੇ ਹੋਇਆ ਸੀ ਦੋਸਤੋ? ਭੈਣੀ ਸਾਹਿਬ, ਜੋ ਕਿ ਜਗ੍ਹਾ ਹੈ, ਜੋ ਕਿ ਡਿਸਟ੍ਰਿਕਟ ਕੀ ਹੈ ਦੋਸਤੋ, ਲੁਧਿਆਣਾ ਦੇ ਵਿੱਚ ਹੈ। ਭੈਣੀ ਸਾਹਿਬ ਵਿਖੇ ਕੂਕਾ ਅੰਦੋਲਨ ਹੋਇਆ ਸੀ। ਉਸ ਤੋਂ ਪਹਿਲਾਂ ਗੱਲ ਕੀਤੀ ਜਾਵੇ ਤਾਂ ਸਰ ਜੀ, ਫਾਊਂਡਰ ਦੀ ਗੱਲ ਆਉਂਦੀ ਹੁੰਦੀ ਹੈ, ਤਾਂ ਫਾਊਂਡਰ ਹੈ ਦੋਸਤੋ ਇਸ ਦਾ ਬਾਬਾ ਬਾਲਕ ਜੀ ਹਨ, ਜੋ ਕਿ ਇਹਨਾਂ ਦੇ ਫਾਊਂਡਰ ਹਨ। ਬਾਬਾ ਬਾਲਕ ਜੀ ਇਹਨਾਂ ਦੇ ਫਾਊਂਡਰ ਹਨ, ਅਤੇ ਜੇਕਰ ਰੀਅਲ ਫਾਊਂਡਰ ਦੀ ਗੱਲ ਕੀਤੀ ਜਾਵੇ, ਜੋ ਕਿ ਰੀਅਲ ਫਾਊਂਡਰ ਹੈ, ਉਹ ਬਾਬਾ ਰਾਮ ਸਿੰਘ ਜੀ ਹਨ। ਦੋਸਤੋ ਯਾਦ ਰੱਖਣਾ, ਰਾਮ ਸਿੰਘ ਜੀ ਹਨ, ਜੋ ਕਿੱਥੋਂ ਦੇ ਸਨ? ਭੈਣੀ ਸਾਹਿਬ ਦੇ ਸਨ, ਅਤੇ ਲੁਧਿਆਣਾ ਡਿਸਟ੍ਰਿਕਟ ਦੇ ਸਨ। ਇਹਨਾਂ ਦੇ ਟਾਈਮ 'ਤੇ ਹੀ ਦੋਸਤੋ ਮਲੇਰਕੋਟਲਾ ਵਿਖੇ ਕੀ ਹੈ, ਮਲੇਰਕੋਟਲਾ ਵਿਖੇ 66 ਕੂਕਿਆਂ ਨੂੰ ਤੋਪ ਦੇ ਨਾਲ ਬੰਨ ਕੇ ਉਡਾਇਆ ਗਿਆ ਸੀ। ਦੋਸਤੋ ਪੇਪਰ ਦੇ ਵਿੱਚ ਇਹ ਕੁਐਸਚਨ ਬਣਿਆ ਹੈ, ਤਾਂ ਇਸੇ ਕਰਕੇ ਤੁਹਾਨੂੰ ਇਹ ਕਰਵਾਇਆ ਗਿਆ ਕਿ PSSB ਵਾਲੇ ਨੇ ਕਾਫੀ ਵਾਰੇ ਕੁਐਸਚਨ ਪੁੱਛ ਲਿਆ ਹੈ। ਤਾਂ ਇਸਦਾ ਆਂਸਰ ਸੀ ਦੋਸਤੋ ਪੰਜਾਬ। ਆਈ ਹੋਪ ਤੁਹਾਨੂੰ ਇਹ ਇਨਫੋਰਮੇਸ਼ਨ ਵਧੀਆ ਲੱਗੀ ਹੋਵੇਗੀ। ਇੱਕ ਕੁਐਸਚਨ ਹੀ ਆਪਾਂ ਕਾਫੀ ਕੁਐਸਚਨ ਇੱਥੇ ਕਰ ਲਏ ਹਨ। ਅੱਗੇ ਕਹਿੰਦਾ, ਭਾਰਤ ਭਾਰਤੀਆਂ ਦੇ ਲਈ ਹੈ ਦਾ ਨਾਅਰਾ ਕਿਸਨੇ ਦਿੱਤਾ? ਇਹ ਵੀ ਕੱਲ੍ਹ ਵਾਲਾ ਕੁਐਸਚਨ ਹੈ। ਤਾਂ ਦੋਸਤੋ ਇਸਦਾ ਜੋ ਰਾਈਟ ਆਂਸਰ ਸੀ, ਦਯਾਨੰਦ ਸਰਸਵਤੀ ਇਸਦਾ ਰਾਈਟ ਆਂਸਰ ਸੀ। ਇਹਨਾਂ ਨੇ ਜੋ ਕੀ ਹੈ ਟਰਮ ਦਿੱਤੀ ਸੀ, ਸਭ ਤੋਂ ਪਹਿਲਾਂ ਸਵਰਾਜ ਟਰਮ ਸਭ ਤੋਂ ਪਹਿਲਾਂ ਕੋਈ ਨੇ ਇਹਨਾਂ ਨੇ ਕੀਤੀ ਸੀ, ਇਹਨਾਂ ਨੇ ਸ਼ਬਦ ਵਰਤਿਆ ਸੀ। ਅਤੇ ਫੇਮਸ ਕਿਸਨੇ ਕੀਤਾ ਸੀ ਦੋਸਤੋ? ਜੇਕਰ ਫੇਮਸ ਦੀ ਗੱਲ ਆ ਜਾਵੇ ਤਾਂ ਉਹ ਬਾਲ ਗੰਗਾਧਰ ਤਿਲਕ ਇਸਦਾ ਆਂਸਰ ਹੋਵੇਗਾ। ਫੇਮਸ ਬਾਲ ਗੰਗਾਧਰ ਤਿਲਕ ਨੇ ਸਵਰਾਜ ਟਰਮ ਨੂੰ ਕੀਤਾ ਸੀ, ਕਾਫੀ ਵਾਰ ਇਹਨਾਂ ਨੇ ਯੂਜ਼ ਕੀਤਾ ਸੀ। ਜੇਕਰ ਦਯਾਨੰਦ ਸਰਸਵਤੀ ਦੀ ਗੱਲ ਕੀਤੀ ਜਾਵੇ ਤਾਂ ਦੋਸਤੋ ਇਹਨਾਂ ਦਾ ਹੈ ਵੇਦਾਂ ਵੱਲ ਚੱਲੋ ਜਾਂ ਵੇਦਾਂ ਵੱਲ ਲੌਟੋ, ਵੇਦਾਂ ਵੱਲ ਚੱਲੋ ਹੀ ਅਸੀਂ ਕਹਾਂਗੇ, ਕਿਉਂਕਿ PSSB ਵਾਲਾ ਵੇਦਾਂ ਵੱਲ ਚੱਲੋ ਪਾਵੇਗਾ। ਅਤੇ ਦੋਸਤੋ ਚੁੱਪ ਕਰਕੇ ਆਂਸਰ ਕਰਨ, ਦਯਾਨੰਦ ਸਰਸਵਤੀ ਜੀ ਜੋ ਕਿ ਆਰਿਆ ਸਮਾਜ, ਜੋ ਕਿ ਉਹਨਾਂ ਦੇ ਫਾਊਂਡਰ ਸਨ, ਆਰਿਆ ਦੇ ਫਾਊਂਡਰ ਸਨ, ਇਹ ਵੀ ਤੁਸੀਂ ਯਾਦ ਰੱਖਣਾ ਹੈ। ਤਾਂ ਚੱਲਦੇ ਹਾਂ ਆਪਾਂ ਨੈਕਸਟ ਕੁਐਸਚਨ 'ਤੇ।
ਅੱਗੇ ਕਹਿੰਦਾ ਹੈ ਜੋ ਕਿ ਅੱਜ ਦਾ ਕੁਸ਼ਚਨ ਹੈ, ਗ੍ਰੈਂਡ ਓਲਡ ਮੈਨ ਆਫ ਇੰਡੀਆ ਹੇਠ ਲਿਖਿਆਂ ਵਿੱਚੋਂ ਕਿਸ ਨੂੰ ਕਿਹਾ ਜਾਂਦਾ ਹੈ? ਦੋਸਤੋ ਵੈਰੀ ਵੈਰੀ ਇੰਪੋਰਟੈਂਟ, ਤਾਂ ਇਸਦਾ ਰਾਈਟ ਆਂਸਰ ਹੈ, ਤੁਸੀਂ ਵੀ ਨਾਲ ਨਾਲ ਦੱਸੀ ਚੱਲੋ, ਦਾਦਾ ਭਾਈ ਨਰੋਜੀ ਇਸਦਾ ਰਾਈਟ ਆਂਸਰ ਹੈ। ਇਕੱਲਾ ਦਾਦਾ ਭਾਈ ਨਰੋਜੀ ਨਹੀਂ ਯਾਦ ਰੱਖਣਾ, ਇਹਨਾਂ ਨੇ ਕੀ ਹੈ INC ਦੇ 3 ਵਾਰ ਪ੍ਰੈਜੀਡੈਂਟ ਰਹਿ ਚੁੱਕੇ ਹਨ ਦੋਸਤੋ, ਅਤੇ ਕਿਹੜੇ ਕਿਹੜੇ ਸਾਲ ਹਨ? ਸਭ ਤੋਂ ਪਹਿਲਾਂ ਤਾਂ 1886 ਦੇ ਵਿੱਚ ਪ੍ਰਧਾਨਗੀ ਕੀਤੀ, ਫਿਰ 1893 ਦੇ ਵਿੱਚ ਕੀਤੀ, ਅਤੇ ਫਿਰ 1906 ਦੇ ਵਿੱਚ ਇਹਨਾਂ ਨੇ ਪ੍ਰਧਾਨਗੀ ਕੀਤੀ। ਉਸ ਤੋਂ ਬਾਅਦ ਦੇਖਿਆ ਜਾਵੇ ਦੋਸਤੋ, ਦਾਦਾ ਭਾਈ ਨਰੋਜੀ ਦੀ ਇੱਕ ਬੁੱਕ ਹੈ ਪਾਵਰਟੀ ਐਂਡ ਅਨ ਬ੍ਰਿਟਿਸ਼ ਰੂਲ ਇਨ ਇੰਡੀਆ, ਪਾਵਰਟੀ ਐਂਡ ਅਨ ਬ੍ਰਿਟਿਸ਼ ਰੂਲ ਇਨ ਇੰਡੀਆ, ਇਹ ਵੀ ਇਹਨਾਂ ਦੀ ਇੱਕ ਬੁੱਕ ਹੈ, ਬਹੁਤ ਹੀ ਜ਼ਿਆਦਾ ਘੈਂਟ ਬੁੱਕ ਹੈ। ਅਤੇ ਸਭ ਤੋਂ ਘੈਂਟ ਕੁਸ਼ਚਨ ਦੋਸਤੋ, ਇਹ ਗ੍ਰੈਂਡ ਓਲਡ ਮੈਨ ਆਫ ਇੰਡੀਆ ਹੈ ਅਤੇ ਆ ਜਾਂਦਾ ਹੈ ਗ੍ਰੈਂਡ ਓਲਡ ਮੈਨ ਆਫ ਪੰਜਾਬ ਕਿਸ ਨੂੰ ਕਿਹਾ ਜਾਂਦਾ ਹੈ? ਤਾਂ ਦੋਸਤੋ ਜੇਕਰ ਪੰਜਾਬ ਪੁੱਛ ਲਿਆ ਤਾਂ ਉੱਥੇ ਲਾ ਦੇਣਾ ਤੁਸੀਂ ਚੁੱਪ ਕਰਕੇ ਲਾਲਾ ਮੁਰਲੀਧਰ ਲਾ ਦੇਣਾ ਹੈ, ਤੁਹਾਡਾ ਕੀ ਆ ਆਂਸਰ ਸਹੀ ਹੋ ਜਾਵੇਗਾ। ਅਤੇ ਕਈ ਵਾਰ ਇਹ ਪੁੱਛਣੇ ਕਿੱਥੋਂ ਦਾ ਸੀ, ਇਹ ਸਨ ਹਰਿਆਣਾ ਦੇ ਪਲਵਲ ਜ਼ਿਲ੍ਹੇ ਦੇ ਰਹਿਣ ਵਾਲੇ ਸਨ। ਵੈਰੀ ਵੈਰੀ ਇੰਪੋਰਟੈਂਟ, ਤਾਂ ਦਾਦਾ ਭਾਈ ਨਰੋਜੀ ਇਸਦਾ ਰਾਈਟ ਆਂਸਰ ਸੀ। ਚੱਲਦੇ ਹਾਂ ਆਪਾਂ ਨੈਕਸਟ ਕੁਸ਼ਚਨ 'ਤੇ। ਅੱਗੇ ਕਹਿੰਦਾ ਹੈ 1885 ਈਸਵੀ ਵਿੱਚ ਭਾਰਤੀ ਕਾਂਗਰਸ ਦੀ ਸਥਾਪਨਾ ਹੇਠ ਲਿਖਿਆਂ ਵਿੱਚੋਂ ਕਿਸ ਨੇ ਕੀਤੀ ਸੀ? ਵੈਰੀ ਵੈਰੀ ਇੰਪੋਰਟੈਂਟ, ਤਾਂ 1885 ਹੀ ਇਕੱਲਾ ਨਹੀਂ ਯਾਦ ਰੱਖਣਾ ਦੋਸਤੋ, ਇਹ ਪੂਰੀ ਡੇਟ ਯਾਦ ਰੱਖਣੀ ਹੈ ਜੋ ਕਿ ਸਾਲ ਦਾ ਐਂਡ ਸੀ ਅਤੇ 28 ਤਰੀਕ ਸੀ, 28 ਦਸੰਬਰ ਨੂੰ ਕੀ ਹੈ INC ਬਣੀ ਸੀ ਦੋਸਤੋ, ਬਣਾਈ ਕਿਸ ਨੇ ਸੀ? ਲਾਰਡ ਡਫਰਨ ਨੇ ਬਣਾਈ ਸੀ, ਇਹ ਵੀ ਤੁਸੀਂ ਯਾਦ ਰੱਖਣਾ ਹੈ। ਲਾਰਡ ਡਫਰਨ ਨੇ ਬਣਾਈ ਸੀ ਅਤੇ ਜੋ ਬਣਾਈ ਸੀ ਉਹ ਬਣਾਈ ਸੀ AO Hume ਨੇ, ਜੋ ਕਿ AO Hume ਸੀ, ਇਹ ਵੀ ਤੁਸੀਂ ਯਾਦ ਰੱਖਣਾ। ਕਿੱਥੋਂ ਦਾ ਰਹਿਣ ਵਾਲਾ ਸੀ ਦੱਸੋ ਪਿਆਰੇ ਦੋਸਤੋ, ਕਿੱਥੋਂ ਦਾ ਰਹਿਣ ਵਾਲਾ ਸੀ? ਉਹ ਸੀ ਜੀ ਸਕੋਟਲੈਂਡ ਦਾ ਰਹਿਣ ਵਾਲਾ, ਅਤੇ ਇੰਡੀਆ ਦੇ ਵਿੱਚ ਆ ਕੇ ਉਹ ਸ਼ਿਮਲੇ ਚਲਾ ਗਿਆ, ਅਤੇ ਸ਼ਿਮਲੇ ਦਾ ਸੰਤ ਵੀ ਕਿਹਾ ਜਾਂਦਾ ਹੈ। ਵੈਰੀ ਵੈਰੀ ਇੰਪੋਰਟੈਂਟ, AO Hume ਨੇ, ਤਾਂ ਇਸਦਾ ਰਾਈਟ ਆਂਸਰ ਹੈ। ਕਾਂਗਰਸ ਦੀ ਸਥਾਪਨਾ ਦੀ ਗੱਲ ਹੋਈ ਹੈ ਤਾਂ AO Hume, ਜੇਕਰ ਕਾਂਗਰਸ ਦੇ ਪ੍ਰੈਜੀਡੈਂਟ ਦੀ ਗੱਲ ਹੋਈ ਹੁੰਦੀ, ਪਹਿਲਾ ਪ੍ਰੈਜੀਡੈਂਟ ਕੌਣ ਸੀ? ਵਿਮੇਸ਼ ਚੰਦਰ ਬੈਨਰਜੀ ਸੀ। ਤੁਸੀਂ ਗਲਤ ਨਾ ਕਰਕੇ ਹੋ, 1.25 ਨੰਬਰ ਨਾ ਦੇ ਕੇ ਆਇਓ ਐਗਜ਼ਾਮੀਨਰ ਨੂੰ। ਚੱਲਦੇ ਹਾਂ ਆਪਾਂ ਨੈਕਸਟ ਕੁਸ਼ਚਨ 'ਤੇ। ਦੋਸਤੋ ਵੀਡੀਓ ਵਧੀਆ ਲੱਗ ਰਹੀ ਹੈ ਤਾਂ ਲਾਈਕ ਕਰੋ। ਅੱਗੇ ਕਹਿੰਦਾ ਰੌਲਟ ਐਕਟ, ਜਿਸ ਨੂੰ ਕਾਲਾ ਕਾਨੂੰਨ ਵੀ ਕਿਹਾ ਜਾਂਦਾ ਹੈ, ਦਾ ਪ੍ਰਮੁੱਖ ਉਦੇਸ਼ ਕੀ ਸੀ? ਤਾਂ ਗੱਲ ਕੀਤੀ ਜਾਵੇ ਤਾਂ ਰੌਲਟ ਐਕਟ ਦੀ ਗੱਲ ਕੀਤੀ ਜਾਵੇ, ਜਿਸ ਦੇ ਵਿੱਚ ਕਿਹਾ ਗਿਆ ਸੀ, ਕੁਸ਼ਚਨ ਉਹਦਾ, ਨੋ ਵਕੀਲ ਅਤੇ ਨੋ ਅਪੀਲ। ਵੈਰੀ ਵੈਰੀ ਇਵਨ, ਜਿਸ ਨੂੰ ਕੀ ਹੈ ਬਲੈਕ ਐਕਟ ਵੀ ਕਿਹਾ ਗਿਆ ਹੈ, ਇਹ ਕੁਸ਼ਚਨ ਹੀ ਕਹਿ ਰਿਹਾ ਹੈ। ਤਾਂ ਇਹ ਕੀ ਹੈ, ਸਭ ਤੋਂ ਪਹਿਲਾਂ ਤਾਂ ਪਤਾ, 1919 ਦੇ ਵਿੱਚ ਇਹ ਐਕਟ ਆਇਆ ਸੀ ਰੌਲਟ ਐਕਟ, ਜਿਸ ਨੂੰ ਕਾਲਾ ਕਾਨੂੰਨ ਵੀ ਕਿਹਾ ਜਾਂਦਾ ਹੈ। ਤਾਂ ਇਹਨਾਂ ਦਾ ਮੇਨ ਉਦੇਸ਼ ਕੀ ਸੀ? ਮੇਨ ਉਦੇਸ਼ ਓਬੀਅਸ ਹੈ, ਨੋ ਦਲੀਲ ਮਤਲਬ ਕੀ ਹੈ ਇਹਨਾਂ ਦਾ, ਜੋ ਸਿੱਧੀ ਹੀ ਗੱਲ ਬਣ ਰਹੀ ਹੈ ਕਿ ਕੋਈ ਵਕੀਲ ਨਹੀਂ ਕਰਨਾ, ਤਾਂ ਇਹ ਕੀ ਹੈ ਸਿੱਧਾ ਕੀ ਹੈ, ਡਰ ਪਾ ਰਹੇ ਸੀ ਭਾਰਤੀ ਲੋਕਾਂ ਦੇ ਮਨ ਵਿੱਚ ਭੈ ਉਤਪੰਨ ਕਰਨਾ, ਇਸਦਾ ਰਾਈਟ ਆਂਸਰ ਹੈ। ਮੈਨੂੰ ਪਤਾ ਤੁਸੀਂ ਦੋਸਤੋ ਸਾਰੇ ਆਹ ਲਾ ਕੇ ਆਉਂਗੇ ਅਤੇ ਕੁਸ਼ਚਨ ਗਲਤ ਕਰਾ ਕੇ ਆਉਂਗੇ, 1.25 ਨੰਬਰ ਤੁਸੀਂ ਦੇ ਆਉਂਗੇ ਐਗਜ਼ਾਮੀਨਰ ਨੂੰ, ਕੋਈ ਮਰਜ਼ੀ ਹੋਵੇ। ਤਾਂ ਇਹ ਨਹੀਂ ਕਰਨਾ ਦੋਸਤੋ, ਤੁਸੀਂ ਰਾਈਟ ਆਂਸਰ ਇਹੀ ਲਾ ਕੇ ਆਉਣਾ ਹੈ, ਚੰਗੀ ਤਰ੍ਹਾਂ ਨਾਲ ਕਰਕੇ ਜਾਇਓ, ਕਿਉਂਕਿ ਇਹ ਪੇਪਰ ਦੇ ਵਿੱਚ ਬਹੁਤ ਵਾਰ ਕੁਸ਼ਚਨ ਆਇਆ ਹੈ ਅਤੇ ਆਵੇਗਾ ਵੀ ਦੋਸਤੋ। ਅੱਗੇ ਕਹਿੰਦਾ ਹੈ ਜੀ, ਹੇਠ ਲਿਖਿਆਂ ਵਿੱਚੋਂ ਕਿਸ ਭਾਰਤੀ ਨੂੰ ਰਾਸ਼ਟਰੀ ਕਾਂਗਰਸ ਦਾ ਮੁਖੀ ਬਣਨ ਦਾ ਕਦੇ ਮੌਕਾ ਪ੍ਰਾਪਤ ਨਹੀਂ ਹੋਇਆ?
ਤਾਂ ਇਹ ਕੀ ਹੈ ਡੋਲੂ ਮੱਜਣ ਵਾਲਾ ਕੁਐਸਚਨ ਹੈ। ਜੇਕਰ ਤੁਸੀਂ ਦੋਸਤੋ ਮਾਡਰਨ ਹਿਸਟਰੀ ਦੇ ਵਿੱਚ ਚੰਗੀ ਤਰ੍ਹਾਂ ਦੇ ਨਾਲ ਪੜ੍ਹਿਆ ਹੋਵੇਗਾ ਤਾਂ ਇਸ ਕੁਐਸਚਨ ਨੂੰ ਸਹੀ ਕਰੋਗੇ, ਅਦਰਵਾਈਜ਼ ਤੁਸੀਂ ਮਹਾਤਮਾ ਗਾਂਧੀ ਲਾ ਕੇ ਆ ਜਾਓਗੇ ਅਤੇ ਇਹੀ ਲੱਗੇਗਾ ਤੁਹਾਨੂੰ ਤਾਂ ਗਲਤ ਹੋ ਜਾਵੇਗਾ। ਦੋਸਤੋ ਇਸਦਾ ਜੋ ਰਾਈਟ ਆਂਸਰ ਹੈ ਉਹ ਹੈ ਜੀ ਬਾਲ ਗੰਗਾਧਰ ਤਿਲਕ, ਇਸਦਾ ਰਾਈਟ ਆਂਸਰ ਹੈ। ਇਹਨਾਂ ਦੀ ਡੈਥ ਹੋਈ ਸੀ 1920 ਦੇ ਵਿੱਚ ਅਤੇ ਇਹਨਾਂ ਦਾ ਕੀ ਆ ਸੈਸ਼ਨ ਸੀ, ਜੇਕਰ ਲਾਸਟ ਸੈਸ਼ਨ ਦੀ ਗੱਲ ਕੀਤੀ ਜਾਵੇ ਤਾਂ ਦੋਸਤੋ 1919 ਦੇ ਵਿੱਚ ਜੋ ਅੰਮ੍ਰਿਤਸਰ ਦਾ ਸੈਸ਼ਨ ਹੋਇਆ ਸੀ ਇਹਨਾਂ ਦਾ ਲਾਸਟ ਸੈਸ਼ਨ ਸੀ, ਅਤੇ ਇਹਨਾਂ ਨੇ ਜੋ ਚਲਾਇਆ ਸੀ ਲਾਠੀ ਕਲੱਬ ਵੀ ਚਲਾਇਆ ਸੀ, ਇਹ ਵੀ ਤੁਸੀਂ ਯਾਦ ਰਹਿਣਾ। ਲਾਠੀ ਕਲੱਬ ਕਿਹਨਾਂ ਨੇ ਚਲਾਇਆ ਸੀ? ਬਾਲ ਗੰਗਾਧਰ ਤਿਲਕ ਨੇ ਚਲਾਇਆ ਸੀ। ਵੈਰੀ ਵੈਰੀ ਇੰਪੋਰਟੈਂਟ, ਇਸਦਾ ਰਾਈਟ ਆਂਸਰ ਕੀ ਸੀ ਦੋਸਤੋ? ਬਾਲ ਗੰਗਾਧਰ ਤਿਲਕ ਸੀ, ਕਿਉਂਕਿ ਲਾਲਾ ਲਾਜਪਤ ਰਾਏ ਜੀ ਵੀ, ਉਹਨਾਂ ਨੇ ਵੀ INC ਦੀ ਪ੍ਰਧਾਨਗੀ ਕੀਤੀ, ਸੀ ਅਰਦਾਸ ਜੀ ਨੇ ਵੀ ਕੀਤੀ ਅਤੇ ਮਹਾਤਮਾ ਗਾਂਧੀ ਜੀ ਨੇ ਵੀ ਕੀਤੀ ਹੈ। ਦੋਸਤੋ ਇਹ ਨਾ ਕਹਿ ਦੇਣਾ ਕਿ ਨਹੀਂ ਕੀਤੀ, ਕੀਤੀ ਹੈ ਇਹਨਾਂ ਨੇ ਵੀ। ਚੱਲਦੇ ਹਾਂ ਆਪਾਂ ਨੈਕਸਟ ਕੁਐਸਚਨ 'ਤੇ। ਅੱਗੇ ਕਹਿੰਦਾ ਹੇਠ ਲਿਖੀਆਂ ਘਟਨਾਵਾਂ ਨੂੰ ਸਹੀ ਕ੍ਰਮ ਵਿੱਚ ਵਿਵਸਥਿਤ ਕਰੋ। ਤਾਂ ਦੋਸਤੋ ਜੇਕਰ ਤੁਸੀਂ ਚੰਗੀ ਤਰ੍ਹਾਂ ਦੇ ਪੜ੍ਹਿਆ ਹੋਇਆ ਹੈ, ਡੇਟਸ ਤੁਹਾਨੂੰ ਯਾਦ ਹਨ, ਤਾਂ ਤੁਸੀਂ ਓਬਵੀਅਸ ਹੈ ਇਸ ਨੂੰ ਸਹੀ ਕਰਕੇ ਆ ਜਾਓਗੇ। ਦੇਖੋ ਸਭ ਤੋਂ ਪਹਿਲਾਂ ਤਾਂ ਡੇਟਸ ਤੁਹਾਨੂੰ ਯਾਦ ਹੋਣੀ ਚਾਹੀਦੀਆਂ। ਉਸ ਤੋਂ ਪਹਿਲਾਂ ਅਸੀਂ ਸਮਾਰਟਨੈਸ ਐਪਰੋਚ ਦੀ ਗੱਲ ਕਰਦੇ ਹਾਂ ਕਿ ਜੇਕਰ ਸਾਨੂੰ ਇੱਕ ਹੀ ਪਤਾ ਹੈ ਤਾਂ ਆਪਸ਼ਨਾਂ ਦੇ ਵਿੱਚ ਅਸੀਂ ਸਮਾਰਟਨੈਸ ਐਪਰੋਚ ਦੇ ਨਾਲ ਹੀ ਵਿਦ ਇਨ ਸੈਕਿੰਡ ਦੇ ਵਿੱਚ ਹੀ ਇਹ ਕੁਐਸਚਨ ਕਰ ਸਕਦੇ ਹਾਂ। ਤਾਂ ਦੇਖੋ ਸਾਰਿਆਂ ਨੂੰ ਪਤਾ ਹੈ ਕਿ ਦੋਸਤੋ ਕੈਬਨਿਟ ਮਿਸ਼ਨ ਪਲਾਨ ਦੀ ਵੀ ਗੱਲ ਕੀਤੀ ਜਾਵੇ ਤਾਂ ਸਾਨੂੰ ਪਤਾ 1946 ਦੇ, ਬਟ ਕੀ ਇੱਥੇ ਦੇਖਿਆ ਜਾਵੇ ਤਾਂ ਇਹਨਾਂ ਦੇ ਵਿੱਚ ਸਾਨੂੰ ਇੱਕ ਚੀਜ਼ ਪਤਾ ਹੈ ਕਿ ਸਭ ਤੋਂ ਪਹਿਲਾਂ ਤਾਂ ਇੱਥੇ ਕੀ ਹੈ ਸਾਈਮਨ ਕਮਿਸ਼ਨ ਹੀ ਆਇਆ ਹੋਵੇਗਾ, ਅਤੇ ਇਹ ਕਦੋਂ ਆਇਆ ਸੀ? 1927 ਵੀ ਆ ਸਕਦਾ ਅਤੇ 28 ਵੀ ਆ ਸਕਦਾ ਹੈ। ਕਹਿਣ ਦਾ ਮਤਲਬ ਹੈ ਕਿ ਸਾਈਮਨ ਕਮਿਸ਼ਨ ਤਾਂ ਇਹ ਬਣਿਆ ਸੀ 1927 ਦੇ ਵਿੱਚ, ਅਤੇ 1928 ਦੇ ਵਿੱਚ ਕੀ ਹੈ ਪਹਿਲਾਂ ਬੰਬੇ ਆਇਆ ਸੀ ਫਿਰ ਲਾਹੌਰ ਆਇਆ ਸੀ, ਇਹ ਬਾਅਦ ਦੀ ਗੱਲ ਹੈ। ਬਟ ਕੀ ਆ ਸੀ ਇੱਥੇ ਗੱਲ ਕੀਤੀ ਕਿ ਸਾਈਮਨ ਕਮਿਸ਼ਨ ਦੀ, ਤਾਂ 3 ਨੰਬਰ ਸਾਨੂੰ ਕਿੱਥੇ ਦੇਖ ਰਿਹਾ ਹੈ? ਇੱਥੇ ਵੀ ਦੇਖ ਰਿਹਾ, ਨਹੀਂ ਇੱਥੇ ਵੀ ਨਹੀਂ ਦੇਖ ਰਿਹਾ, ਤਾਂ ਆਹ 2 ਤਾਂ ਚੱਕ ਦਿਓ ਦੋਸਤੋ। ਸਮਾਰਟਨੈਸ ਅਪਰੋਚ ਦੇ ਵਿੱਚ ਸਾਡੇ ਕੋਲ 50-50 ਦੇ ਚਾਂਸ ਬਣ ਗਏ ਹਨ, ਤਾਂ ਦੇਖ ਲੈਂਦੇ ਹਾਂ। ਕਿਉਂਕਿ ਸਾਈਮਨ ਕਮਿਸ਼ਨ 1927-28 'ਚ ਆਇਆ ਸੀ, ਗੋਲਮੇਜ ਅੰਦੋਲਨ ਹੋਇਆ ਸੀ, ਪਹਿਲਾ ਗੋਲਮੇਜ ਅੰਦੋਲਨ ਹੋਇਆ ਸੀ 1930 ਦੇ ਵਿੱਚ ਹੋਇਆ ਸੀ ਦੋਸਤੋ। ਕੈਬਨਿਟ ਮਿਸ਼ਨ ਪਲਾਨ 1946 'ਚ ਆਇਆ ਸੀ, ਅਤੇ ਗਾਂਧੀ ਇਰਵਿਨ ਪੈਕਟ 1932 ਦੇ ਵਿੱਚ ਹੋਇਆ ਸੀ, ਤਾਂ 31 ਦੇ ਵਿੱਚ ਹੋਇਆ ਸੀ। ਤਾਂ ਕੀ ਆ ਇੱਥੇ ਦੇਖੋ ਦੋਸਤੋ, ਇੱਥੇ 3 ਨੰਬਰ ਹੈ, ਉਸ ਤੋਂ ਬਾਅਦ ਕੀ ਆ ਸਾਨੂੰ ਪਤਾ 1 ਨੰਬਰ ਆ ਰਿਹਾ, ਤਾਂ 1 ਨੰਬਰ ਇੱਥੇ ਲਾਓ, ਤਾਂ ਕੀ ਆ ਕੁਐਸਚਨ ਨੂੰ ਸਹੀ ਕਰੋ ਅਤੇ 1 ਨੰਬਰ ਕੀ ਆ ਪੱਕਾ ਕਰੋ ਦੋਸਤੋ। ਤਾਂ ਇਸੇ ਤਰ੍ਹਾਂ ਸਮਾਰਟਨੈਸ ਅਪਰੋਚ ਦੇ ਨਾਲ ਜਾਂ ਤਾਂ ਤੁਸੀਂ 50-50 ਕਰ ਸਕਦੇ ਹੋ, ਅਤੇ ਜਾਂ ਜੇਕਰ ਆਉਂਦਾ ਹੈ ਤਾਂ ਤੁਸੀਂ ਡੇਟ ਦੇ ਅਕੋਰਡਿੰਗ ਇਸ ਤਰ੍ਹਾਂ ਦਾ ਕੁਐਸਚਨ ਸੋਲਵ ਕਰ ਸਕਦੇ ਹੋ। ਆਈ ਹੋਪ ਤੁਹਾਨੂੰ ਇਹ ਵਧੀਆ ਲੱਗਿਆ ਹੋਵੇਗਾ। ਚੱਲਦੇ ਹਾਂ ਨੈਕਸਟ ਕੁਐਸਚਨ 'ਤੇ। ਅੱਗੇ ਕਹਿੰਦਾ 1942 ਵਿੱਚ ਭਾਰਤ ਛੱਡੋ ਅੰਦੋਲਨ ਦੇ ਸਮੇਂ ਵਾਇਸਰਾਏ ਕੌਣ ਸੀ? ਤਾਂ ਦੇਖੋ ਦੋਸਤੋ ਸਭ ਤੋਂ ਘੈਂਟ ਟ੍ਰਿਕ ਹੈ, ਜੇਕਰ ਆਪਾਂ ਟ੍ਰਿਕ ਦੀ ਗੱਲ ਕਰੀਏ, ਟ੍ਰਿਕ ਬੜੀ ਘੈਂਟ ਹੈ। ਤਾਂ ਭਾਰਤ ਛੱਡੋ ਮਤਲਬ ਕੀ ਆ? ਅੰਗਰੇਜ਼ਾਂ ਨੇ ਕਹੀ ਗੋ 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 ਕਿਹਾ ਸੀ, ਤਾਂ ਗੋ ਕਿਸ ਦੇ ਪਿੱਛੇ ਲੱਗਿਆ ਹੋਇਆ? ਤਾਂ ਗੋ ਇੱਥੇ ਹੀ ਲੱਗਿਆ ਹੋਇਆ, ਤਾਂ ਲਾਰਡ ਲਿਨਲਿਥਗੋ ਕੀ ਆ ਇਸਦਾ ਰਾਈਟ ਆਂਸਰ ਹੈ। ਦੋਸਤੋ ਟ੍ਰਿਕ ਯਾਦ ਰੱਖਣਾ ਹੈ ਕਿ ਛੱਡੋ ਦਾ ਮਤਲਬ ਕੀ ਹੈ, ਗੋ ਇਸਦਾ ਮਤਲਬ ਹੈ, ਤਾਂ ਗੋ ਕਿੱਥੇ ਲੱਗਿਆ ਹੈ? ਲਾਰਡ ਲਿਨਲਿਥਗੋ 'ਚ ਹੀ ਲੱਗਿਆ ਹੈ ਦੋਸਤੋ। ਲਾਰਡ ਮਾਊਂਟਬੈਟਨ ਨਾਲ ਆਉਣਾ, ਕਿਉਂਕਿ 1946 ਦੇ ਵਿੱਚ 1947 ਦੇ ਵਿੱਚ ਇਹਨਾਂ ਨੇ ਕੀ ਆ ਵੰਡ ਹੀ ਕੀਤੀ ਸੀ, ਤਾਂ 1942 ਦੀ ਗੱਲ ਚੱਲ ਰਹੀ ਹੈ, ਤਾਂ ਦੋਸਤੋ ਲਾਰਡ ਲਿਨਲਿਥਗੋ ਲਾ ਕੇ ਆਉਣਾ ਤੁਸੀਂ। ਵੈਰੀ ਵੈਰੀ ਇੰਪੋਰਟੈਂਟ। ਟ੍ਰਿਕ ਕਿਸ ਤਰ੍ਹਾਂ ਦੀ ਲੱਗੀ ਦੋਸਤੋ, ਇਹ ਤੁਸੀਂ ਮੈਨੂੰ ਕਮੈਂਟ ਵਿੱਚ ਜ਼ਰੂਰ ਦੱਸਣਾ। ਅੱਗੇ ਕਹਿੰਦਾ ਹੈ ਦੀਨ ਬੰਧੂ
ਕੱਲ੍ਹ ਆਪਾਂ ਕੀਤਾ ਸੀ ਦੇਸ਼ ਬੰਧੂ ਅਤੇ ਅੱਜ ਕਰ ਰਹੇ ਹਾਂ ਦੀਨ ਬੰਧੂ ਦੇ ਨਾਂ ਤੋਂ ਕਿਹੜਾ ਮਸ਼ਹੂਰ ਹੋਇਆ ਸੀ। ਤਾਂ ਦੀਨ ਬੰਧੂ ਦੀ ਗੱਲ ਕੀਤੀ ਜਾਵੇ ਤਾਂ ਦੋਸਤੋ ਇਸਦਾ ਰਾਈਟ ਆਂਸਰ ਹੈ ਸੀ ਐੱਫ ਐਂਡਰਿਊਜ਼। ਕੀ ਹੈ ਇਸਦਾ ਰਾਈਟ ਆਂਸਰ? ਹੈ ਦੀਨ ਬੰਧੂ ਦਾ ਨਾਮ, ਕਿਉਂਕਿ ਪੇਪਰ 'ਚ ਆਉਂਦਾ ਦੇਸ਼ ਬੰਧੂ, ਜਾਣ ਕੇ ਪਾਉਂਦਾ ਐਗਜ਼ਾਮੀਨਰ ਤਾਂ ਜੋ ਤੁਸੀਂ ਕੋਈ ਨਾ ਕੋਈ ਭੁੱਲ ਕਰ ਸਕੋ। ਜੇਕਰ ਦੇਸ਼ ਬੰਧੂ ਦੀ ਗੱਲ ਕੀਤੀ ਜਾਵੇ ਤਾਂ ਸੀ ਆਰ ਦਾਸ ਆ ਜਾਂਦਾ ਦੋਸਤੋ, ਅਤੇ ਜੇਕਰ ਦੀਨ ਬੰਧੂ ਦੀ ਗੱਲ ਆਵੇ ਤਾਂ ਸੀ ਐੱਫ ਐਂਡਰਿਊਜ਼ ਆ ਜਾਂਦਾ। ਬਸ ਸਿੱਧਾ ਕਹਿ ਦੇਣਾ ਕਿ ਦੀਨ ਬੰਧੂ ਦੀ ਗੱਲ ਆ ਗਈ ਤਾਂ ਅੰਗਰੇਜ਼ ਹੀ ਹੋਵੇਗਾ, ਕੋਈ ਐਂਡਰਿਊਜ਼ ਆਪ ਹੀ ਆ ਜਾਵੇਗਾ। ਦੇਸ਼ ਆ ਗਿਆ ਮਤਲਬ ਕਿ ਦੇਸ਼ ਭਾਰਤ, ਦੇਸ਼ ਮਹਾਨ, ਤਾਂ ਸੀ ਆਰ ਦਾਸ ਕੀ ਆ ਉੱਥੇ ਹੋਵੇਗਾ ਦੋਸਤੋ। ਇਹ ਕੀ ਹੈ ਨਿੱਕੀ ਜਿਹੀ ਗੱਲ ਸੀ ਅਤੇ ਸੀ ਆਰ ਦਾਸ ਕਾਫੀ ਜਾਣੇ ਲਾ ਕੇ ਆਉਣਗੇ ਅਤੇ 1.25 ਨੰਬਰ, ਭਾਵੇਂ ਕੋਈ ਵੀ ਪੇਪਰ ਦੇਣਾ ਹੈ 1.25 ਨੰਬਰ ਉਹਨਾਂ ਦੇ ਚਲੇ ਜਾਣਗੇ, ਅਤੇ ਇਹ ਆਪਾਂ ਜਾਣ ਨਹੀਂ ਦੇਣੇ। ਇਸ ਕਰਕੇ ਕੀ ਹੈ ਦੋਸਤੋ, ਦੇਸ਼ ਬੰਧੂ ਤੋਂ ਜ਼ਿਆਦਾ ਰੱਖਣਾ ਦੇਸ਼ ਜਦੋਂ ਲੱਗ ਗਿਆ ਤਾਂ ਸੀ ਆਰ ਦਾਸ, ਕਿਉਂਕਿ ਪਿੱਛੇ ਵੀ ਦਾਸ ਹੈ ਅਤੇ ਅੱਗੇ ਵੀ ਦੇਸ਼ ਹੈ ਤਾਂ ਕੋਰਲੇਟ ਕਰ ਰਿਹਾ। ਬਟ ਕੀ ਹੈ ਜਦੋਂ ਦੀਨ ਬੰਧੂ ਲੱਗ ਗਿਆ ਤਾਂ ਉਦੋਂ ਕੀ ਹੈ ਵੱਖਰਾ ਜਿਹਾ ਵਰਡ ਹੋਵੇਗਾ ਐਂਡਰਿਊਜ਼, ਤੁਹਾਨੂੰ ਕੀ ਆਪੇ ਦੇਖਣ ਨੂੰ ਮਿਲ ਜਾਵੇਗਾ। ਸੀ ਆਰ ਦਾਸ ਦੇ ਵਿੱਚ ਦਾਸ ਹੈ ਤਾਂ ਦਾਸ ਤੋਂ ਦੇਸ਼ ਬਣਾ ਲੈਣਾ, ਇਹ ਤਾਂ ਇੱਥੇ ਨਹੀਂ ਹੋ ਸਕਦਾ ਪਿਆਰੇ ਦੋਸਤੋ। ਇਹ ਟ੍ਰਿਕ ਕੀ ਹੈ ਤੁਹਾਡੀ ਉੱਥੇ ਪੂਰੀ ਇੰਪਲੀਮੈਂਟ ਹੋਵੇਗੀ ਜਦੋਂ ਪੇਪਰ ਦੇ ਵਿੱਚ ਇਹ ਕੁਐਸਚਨ ਤੁਹਾਨੂੰ ਦੇਖਣ ਨੂੰ ਮਿਲਿਆ। ਚੱਲਦੇ ਹਾਂ ਆਪਾਂ ਨੈਕਸਟ ਕੁਐਸਚਨ 'ਤੇ। ਅੱਗੇ ਕਹਿੰਦਾ ਹੈ ਦੋਸਤੋ ਲਾਰਡ ਕਰਜ਼ਨ ਆ ਦੋਸਤੋ, ਇੱਥੇ ਲਾਰਡ ਕਰਜ਼ਨ ਨੇ, ਇਹ ਤਾਂ ਸਾਰਿਆਂ ਨੂੰ ਕੁਐਸਚਨ ਆਉਂਦਾ ਵੀ ਲਾਰਡ ਕਰਜ਼ਨ ਨੇ ਬੰਗਾਲ ਦਾ ਵਿਭਾਜਨ ਕਿਸ ਸਾਲ ਕੀਤਾ ਸੀ? ਤਾਂ ਮੈਂ ਤੁਹਾਨੂੰ ਪਹਿਲਾਂ ਵੀ ਟ੍ਰਿਕ ਦੱਸੀ ਹੈ ਅਤੇ ਅੱਜ ਵੀ ਦੱਸਦਾ ਦੋਸਤੋ। ਇੱਕ ਅੰਗਰੇਜ਼ ਸੀ ਜੋ ਕਿ ਕਰਜ਼ਾਈ ਹੋ ਚੁੱਕਿਆ ਸੀ, ਕਰਜ਼ਾਈ ਇੰਨਾ ਹੋ ਗਿਆ ਸੀ ਕਿ ਉਸਨੇ ਚਾਕੇ ਮਾਂ ਦੇ ਪੁੱਤ ਨੇ ਬੰਗਾਲ ਦੇ ਦੋ ਟੋਟੇ ਕਰ ਦਿੱਤੇ। ਮਤਲਬ ਕੀ ਹੈ ਜਿਹੜਾ ਕਰਜ਼ਾਈ ਹੋਇਆ ਸੀ ਨਾ, ਜੋ ਬੰਦਾ ਕਰਜ਼ਾਈ ਹੋਇਆ ਸੀ ਅੰਗਰੇਜ਼ ਸੀ, ਅਤੇ ਉਹਦਾ ਨਾਂ ਹੀ ਕੀ ਹੈ ਕਰਜ਼ਨ ਰੱਖ ਦਿੱਤਾ ਦੂਜੇ ਅੰਗਰੇਜ਼ਾਂ ਨੇ, ਵੀ ਇਹ ਤਾਂ ਕਰਜ਼ਾਈ ਬੰਦਾ ਤਾਂ ਕਰਜ਼ਨ ਰੱਖ ਦਿੱਤਾ। ਅਤੇ ਕਰਜ਼ਨ ਨੇ ਕੀ ਕੀਤਾ ਸੀ, ਕਿਉਂ ਰੱਖਿਆ ਸੀ ਕਰਜ਼ਨ? ਕਿਉਂਕਿ ਇਸਨੇ ਪਾਰਟੀਸ਼ਨ ਆਫ ਬੰਗਾਲ ਕੀਤੀ ਸੀ, ਬੰਗਾਲ ਦੀ ਵੰਡ ਕੀਤੀ ਸੀ, ਜੋ ਕਿ ਦੋਸਤੋ ਕੀਤੀ ਸੀ 1905 ਦੇ ਵਿੱਚ। ਤਾਂ ਵੈਰੀ ਵੈਰੀ ਇੰਪੋਰਟੈਂਟ, ਇਹ ਤੁਸੀਂ ਯਾਦ ਰੱਖਣਾ ਹੈ। ਹੁਣ ਇੱਥੇ ਡੇਟ ਆ ਗਈ 20 ਅਕਤੂਬਰ 1905, 16 ਅਕਤੂਬਰ 1905। ਤਾਂ ਦੋਸਤੋ ਇਹਦਾ ਰਾਈਟ ਆਂਸਰ ਹੈ, ਯਾਦ ਰੱਖਣਾ ਹੈ ਤੁਸੀਂ, ਬਸ ਮਹੀਨੇ ਨੂੰ ਤੁਸੀਂ ਯਾਦ ਰੱਖ ਲੈਣਾ ਅਤੇ ਡੇਟ ਨੂੰ ਮੈਂ ਯਾਦ ਕਰਾਂਗਾ। 19 ਨੂੰ ਪੁੱਠਾ ਕਰ ਦੇਣਾ, 16 ਬਣ ਜਾਵੇਗਾ, ਅਤੇ ਅਕਤੂਬਰ ਤਾਂ ਅੱਗੇ ਲੱਗ ਹੀ ਜਾਣਾ ਹੈ ਕਿਉਂਕਿ ਮਹੀਨਾ ਦਾ ਤੁਹਾਨੂੰ ਯਾਦ ਕਰਨਾ ਪਵੇਗਾ ਹੀ। ਤਾਂ 16 ਅਕਤੂਬਰ 1905 ਇਸਦਾ ਰਾਈਟ ਆਂਸਰ ਹੈ ਦੋਸਤੋ। ਜੋ ਕੀ ਹੈ ਇਹ ਖਬਰ ਛਪੀ ਸੀ ਸਭ ਤੋਂ ਪਹਿਲਾਂ ਸੰਜੀਵਨੀ ਨਿਊਜ਼ ਪੇਪਰ ਸੀ, ਇਹ ਤੁਸੀਂ ਯਾਦ ਰੱਖਣਾ ਹੈ, ਜੋ ਕਿ ਕਿਹਨਾਂ ਦਾ ਲਿਖਿਆ ਹੈ, ਕੇ ਮਿੱਤਰਾ ਨੇ ਇਹ ਖਬਰ ਛਾਪੀ ਸੀ, ਇਹ ਵੀ ਤੁਸੀਂ ਯਾਦ ਰੱਖਣਾ ਹੈ। ਅਤੇ 1905 ਦੇ ਵਿੱਚ ਦੋਸਤੋ ਇੱਕ ਤਾਂ ਸਵਦੇਸ਼ੀ ਮੂਵਮੈਂਟ ਹੋਈ ਸੀ, ਪੇਪਰ 'ਚ ਆ ਜਾਂਦਾ ਸਵਦੇਸ਼ੀ ਮੂਵਮੈਂਟ ਕਦੋਂ ਹੋਈ ਸੀ, 1905 ਵਿੱਚ ਹੋਈ ਸੀ। ਅਤੇ ਇੱਕ ਅਮਰ ਸੋਨਾਰ ਬਾਂਗਲਾ ਗੀਤ ਗਾਇਆ ਗਿਆ ਸੀ, ਜੋ ਕਿ ਬੰਗਲਾਦੇਸ਼ ਦਾ ਨੈਸ਼ਨਲ ਸੌਂਗ ਹੈ ਜਾਂ ਐਂਥਮ ਵੀ ਕਹਿ ਸਕਦੇ। ਅਤੇ ਇਹ ਲਿਖਿਆ ਕਿਸਨੇ ਸੀ? ਰਵਿੰਦਰਨਾਥ ਟੈਗੋਰ ਜੀ ਨੇ ਲਿਖਿਆ ਸੀ, ਇਹ ਤੁਸੀਂ ਯਾਦ ਰੱਖਣਾ, ਵੈਰੀ ਵੈਰੀ ਇੰਪੋਰਟੈਂਟ। ਨੈਕਸਟ ਕੁਐਸਚਨ ਦੀ ਗੱਲ ਕੀਤੀ ਜਾਵੇ ਪਿਆਰੇ ਦੋਸਤੋ, ਕਹਿੰਦਾ ਹੈ ਗਾਂਧੀ ਜੀ ਦੇ ਨਿਰਦੇਸ਼ 'ਤੇ ਗੁਜਰਾਤ ਨੇ ਖੇੜਾ ਵਿੱਚ ਕਿਸਾਨ ਸੱਤਿਆਗ੍ਰਹਿ ਆਯੋਜਿਤ ਕੀਤਾ ਗਿਆ, ਇਸ ਦਾ ਕਾਰਨ ਕੀ ਸੀ? ਕੀ ਕਾਰਨ ਪੈ ਗਿਆ ਸੀ ਕਿ ਸੱਤਿਆਗ੍ਰਹਿ ਕਰਨਾ ਪੈ ਗਿਆ ਗੁਜਰਾਤ ਦੇ ਵਿੱਚ? ਤਾਂ ਪਹਿਲੀ ਆਪਸ਼ਨ ਕਹਿੰਦਾ ਹੈ ਕਿ ਅਕਾਲ ਰਹਿਤ ਕਾਰਜਾਂ ਦਾ ਅਭਾਵ ਸੀ, ਸੋਕੇ ਦੇ ਬਾਵਜੂਦ ਲਗਾਨ ਚਾਲੂ ਰੱਖਣਾ, ਸਰਕਾਰ ਦੁਆਰਾ ਕਿਸਾਨਾਂ ਦੀ ਭੂਮੀ 'ਤੇ ਅਧਿਕਾਰ, ਜਾਂ ਵਧੀ ਹੋਈ ਲਗਾਨ ਦੀਆਂ ਦਰਾਂ ਦਾ ਵਿਰੋਧ ਕਰਨਾ।
ਤਾਂ ਇੱਥੇ ਕੀ ਹੈ, ਇੱਥੇ ਦੋਸਤੋ ਤੁਸੀਂ ਆਂਸਰ ਦਿਓ ਕਿ ਕੀ ਬਣ ਸਕਦਾ ਹੈ। ਤਾਂ ਇਸਦਾ ਜੋ ਰਾਈਟ ਆਂਸਰ ਹੈ ਉਹ ਹੈ, ਜੋ ਅੰਗਰੇਜ਼ ਸੀ ਦੋਸਤੋ, ਅੰਗਰੇਜ਼ਾਂ ਨੇ ਕੀ ਕੀਤਾ, ਅੰਗਰੇਜ਼ਾਂ ਨੇ ਕੀਤਾ ਕਿ ਸਾਡੇ ਕੋਲ ਡੰਡਾ ਹੈ, ਭਾਵੇਂ ਕੀ ਆ ਸੋਕਾ ਪੈ ਗਿਆ, ਪਰ ਤੁਸੀਂ ਤਾਂ ਟੈਕਸ ਦੇਣਾ ਹੀ ਦੇਣਾ ਹੈ। ਤਾਂ ਇਸ ਦੇ ਬਾਵਜੂਦ ਹੀ ਕੀ ਹੈ, ਖੇੜਾ ਕੀ ਆ ਹੋਇਆ ਸੀ ਅੰਦੋਲਨ, ਤਾਂ ਗੁਜਰਾਤ ਨੇ ਖੇੜਾ ਵਿੱਚ ਕਿਸਾਨ ਸੱਤਿਆਗ੍ਰਹਿ ਦਾ ਇੱਥੇ ਕੀਤਾ ਜੀ, ਸੋਕੇ ਦੇ ਵਿਰੁੱਧ। ਯਾਦ ਰੱਖਣਾ ਦੋਸਤੋ, ਖੇੜਾ ਅੰਦੋਲਨ ਕਦੋਂ ਹੋਇਆ ਸੀ, ਕਿਉਂ ਹੋਇਆ ਸੀ, ਸੋਕਾ ਪੈ ਗਿਆ ਸੀ, ਤਾਂ ਵੀ ਕੀ ਆ ਟੈਕਸ ਲਈ ਲਗਾਉਣ ਚਾਲੂ ਰੱਖਿਆ ਅੰਗਰੇਜ਼ਾਂ ਨੇ, ਇਸ ਕਰਕੇ ਕੀ ਹੈ ਖੇੜਾ ਅੰਦੋਲਨ ਹੋਇਆ ਸੀ। ਵੈਰੀ ਵੈਰੀ ਇੰਪੋਰਟੈਂਟ ਕੁਸ਼ਚਨ। ਅੱਗੇ ਕਹਿੰਦਾ ਹੈ ਦੋਸਤੋ, 1928 ਦੀ ਨਹਿਰੂ ਰਿਪੋਰਟ ਵਿੱਚ ਕਿਸ ਗੱਲ ਦੀ ਸਿਫਾਰਿਸ਼ ਕੀਤੀ ਗਈ ਸੀ। ਤਾਂ 1928 ਸਭ ਤੋਂ ਪਹਿਲਾਂ ਲੱਗ ਗਿਆ ਤੁਹਾਨੂੰ ਪਤਾ, 1928 ਦੇ ਵਿੱਚ ਨਹਿਰੂ ਰਿਪੋਰਟ ਕੀ ਹੈ ਪੇਸ਼ ਕੀਤੀ ਗਈ ਸੀ, ਅਤੇ 1928 ਦੇ ਵਿੱਚ INC ਦਾ ਜੋ ਸੈਸ਼ਨ ਹੋਇਆ ਸੀ 1928 ਦਾ, ਉਹ ਪਿਆਰੇ ਦੋਸਤੋ ਮੋਤੀ ਲਾਲ ਨਹਿਰੂ ਜੀ ਨੇ ਪ੍ਰਧਾਨਗੀ ਕੀਤੀ ਸੀ, ਇਹ ਵੀ ਤੁਸੀਂ ਯਾਦ ਰੱਖਣਾ ਹੈ। ਅਤੇ ਜੋ 1923 ਦੇ ਵਿੱਚ ਬਣਾਈ ਸੀ ਸਵਰਾਜ ਪਾਰਟੀ ਬਣਾਈ ਸੀ, ਉਸ ਦਾ ਜੋ ਫਾਊਂਡਰ ਸੀ ਨਾ, ਉਹ ਸੀ CR ਦਾਸ। ਅਤੇ ਜੇਕਰ ਆਪਾਂ ਗੱਲ ਕੀਤੀ ਜਾਵੇ ਪ੍ਰਧਾਨ ਦੀ, ਪ੍ਰੈਜੀਡੈਂਟ ਦੀ, ਤਾਂ ਉਹ ਸੀ ਮੋਤੀ ਲਾਲ ਨਹਿਰੂ। ਇਹ ਤੁਸੀਂ ਯਾਦ ਰੱਖਣਾ ਹੈ, ਪੱਲੇ ਬੰਨ੍ਹ ਲੈਣੀ ਗੱਲ ਪੇਪਰ ਦੇ ਵਿੱਚ, ਇਹ ਦੋਨਾਂ ਦੇ ਵਿੱਚੋਂ ਕੁਸ਼ਚਨ ਬਣੇਗਾ। ਪ੍ਰਧਾਨਗੀ ਕਿਸਨੇ ਕੀਤੀ ਅਤੇ ਸੰਸਥਾਪਕ ਕੌਣ ਸੀ ਸਵਰਾਜ ਪਾਰਟੀ ਦਾ, ਕਦੋਂ ਬਣੀ ਸੀ, 1923 'ਚ ਬਣੀ ਸੀ। ਹੁਣ ਗੱਲ ਚੱਲ ਰਹੀ 1928 ਦੇ ਵਿੱਚ ਨਹਿਰੂ ਰਿਪੋਰਟ ਦੀ, ਤਾਂ ਸਿਫਾਰਿਸ਼ ਕੀਤੀ ਗਈ ਸੀ ਦੋਸਤੋ ਪੂਰਨ ਸੁਤੰਤਰਤਾ ਦੀ, ਅਧਿਰਾਜ ਪ੍ਰਦੇਸ਼ ਦੀ ਸਥਿਤੀ ਦੀ, ਸ਼ਾਹੀ ਰਿਆਸਤਾਂ ਦੇ ਪ੍ਰਸੰਗ ਦੀ, ਜਾਂ ਬ੍ਰਿਟਿਸ਼ ਕਾਮਨਵੈਲਥ ਦੀ ਮੈਂਬਰਸ਼ਿਪ ਦੀ। ਤਾਂ ਇੱਕ ਤਾਂ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਜੋ ਮੋਤੀ ਲਾਲ ਨਹਿਰੂ ਸੀ ਨਾ, ਇਹ ਕੀ ਹੈ, ਇਹ ਕਹਿੰਦਾ ਸੀ ਕਿ ਸਾਨੂੰ ਅਧਿਰਾਜ, ਮਤਲਬ ਕੀ ਹੈ, ਰਾਜ ਕਰਾ ਦਿਉ ਇੰਡੀਆ 'ਤੇ, ਬਟ ਕੀ ਹੈ ਅੱਧਾ ਰਾਜ ਸਾਡਾ ਹੋਊਗਾ ਅਤੇ ਅੱਧਾ ਅੰਗਰੇਜ਼ਾਂ ਦਾ ਹੋਊਗਾ। ਤਾਂ ਇਹਨਾਂ ਨੇ ਅਧਿਰਾਜ ਦੀ ਕੀਤੀ ਸੀ ਮੰਗ, ਬਟ ਜਵਾਹਰ ਲਾਲ ਨਹਿਰੂ ਜੋ ਕਿ ਉਹਨਾਂ ਨੇ ਕੀਤੀ ਸੀ ਪੂਰਨ ਸਵਰਾਜ। ਦੋਸਤੋ ਪੂਰਨ ਸਵਰਾਜ ਦੀ ਕਿਸਨੇ ਗੱਲ ਕੀਤੀ ਸੀ, ਜਵਾਹਰ ਲਾਲ ਨਹਿਰੂ ਜੀ ਨੇ, ਅਤੇ ਅੱਧੇ ਰਾਜ ਦੀ ਗੱਲ ਕਿਸਨੇ ਕੀਤੀ ਸੀ, ਮੋਤੀ ਲਾਲ ਨਹਿਰੂ ਨੇ, ਇਹ ਤੁਸੀਂ ਯਾਦ ਰੱਖਣਾ ਹੈ। ਤਾਂ ਚੁੱਪ ਕਰਕੇ ਇਸਦਾ ਆਂਸਰ ਲਾ ਦੇਣਾ, ਅਧਿਰਾਜ ਪ੍ਰਦੇਸ਼ ਦੀ ਸਥਿਤੀ ਦੀ ਤਾਂ ਗੱਲ ਕੀਤੀ ਸੀ ਦੋਸਤੋ, ਵੈਰੀ ਵੈਰੀ ਇੰਪੋਰਟੈਂਟ ਕੁਸ਼ਚਨ। ਅੱਗੇ ਕਹਿੰਦਾ ਹੈ ਦੋਸਤੋ, ਹੇਠ ਲਿਖਿਆਂ ਵਿੱਚੋਂ ਕਿਸ ਦੀ ਅਗਵਾਈ ਵਿੱਚ 1906 ਵਿੱਚ ਅਖਿਲ ਭਾਰਤੀ ਮੁਸਲਿਮ ਲੀਗ ਦੀ ਸਥਾਪਨਾ ਕੀਤੀ। ਤਾਂ ਦੇਖੋ 1905 ਦੇ ਵਿੱਚ ਤਾਂ ਦੋਸਤੋ ਹੋ ਗਿਆ ਸੀ ਬੰਗਾਲ ਦੀ ਵੰਡ, ਪਾਰਟੀਸ਼ਨ ਆਫ ਬੰਗਾਲ ਹੋ ਗਿਆ ਸੀ ਦੋਸਤੋ, ਅਤੇ ਉਦੋਂ ਕੀ ਹੈ ਕਰਜਨ ਸੀ, ਇਹ ਤੁਸੀਂ ਯਾਦ ਰੱਖਣਾ ਹੈ। ਉਸ ਤੋਂ ਬਾਅਦ ਜਦੋਂ ਇਹ ਵੰਡ ਹੋ ਗਈ, ਕਿਉਂਕਿ ਇਹ ਕੀ ਹੈ ਮੁਸਲਿਮ ਰਾਜ ਬਣਾ ਦਿੱਤਾ, ਇੱਧਰਲੇ ਪਾਸੇ ਹਿੰਦੂ ਰਾਜ ਸੀ, ਤਾਂ ਮੁਸਲਿਮਾਂ ਦਾ ਜਦੋਂ ਕੀ ਹੈ ਰਾਜ ਬਣਾ ਦਿੱਤਾ, ਇੱਕ ਵੱਖਰਾ ਕੀ ਹੈ ਬਣਾ ਦਿੱਤਾ, ਤਾਂ 1906 ਦੇ ਵਿੱਚ ਇਹਨਾਂ ਨੇ ਕਿਹਾ ਕਿ ਸਾਡੀ ਪਾਰਟੀ ਵੀ ਹੋਣੀ ਚਾਹੀਦੀ ਹੈ। ਤਾਂ ਉਹਨਾਂ ਨੇ ਕਿਹਾ ਚਲੋ ਮੁਸਲਿਮ ਇੱਕ ਲੀਗ ਹੀ ਬਣਾ ਦਿੰਦੇ ਹਾਂ। ਤਾਂ ਮੁਸਲਿਮ ਲੀਗ ਬਣਾ ਦਿੱਤੀ ਸੀ 1906 ਦੇ ਵਿੱਚ, ਜਿਸ ਦਾ ਕੀ ਹੈ ਜੋ ਮੇਨ ਸੀ, ਫਾਊਂਡਰ ਸੀ, ਉਹ ਤਾਂ ਸੀ ਦੋਸਤੋ ਸਲੀਮੁੱਲਾ ਸੀ, ਅਤੇ ਜੋ ਪ੍ਰਧਾਨ ਸੀ ਇਹਨਾਂ ਦਾ ਉਹ ਸੀ ਆਗਾ ਖਾਨ। ਦੋਸਤੋ ਆਗਾ ਖਾਨ ਕੀ ਹੈ ਪ੍ਰਧਾਨ ਸੀ, ਇਹ ਤੁਸੀਂ ਯਾਦ ਰੱਖਣਾ। ਸਲੀਮੁੱਲਾ ਅਤੇ ਆਗਾ ਖਾਨ ਕਾਫੀ ਵਾਰ ਪੇਪਰ 'ਚ ਆਇਆ ਹੈ ਕਿ ਮੁਸਲਿਮ ਲੀਗ ਦਾ ਸੰਸਥਾਪਕ ਕੌਣ ਸੀ, ਸਲੀਮੁੱਲਾ ਸੀ ਅਤੇ ਪ੍ਰਧਾਨ ਸੀ ਉਹ ਸੀ ਜੀ ਆਗਾ ਖਾਨ ਦੋਸਤੋ। ਅਤੇ 1907 ਦੇ ਵਿੱਚ ਕੀ ਹੋਇਆ ਦੋਸਤੋ,
ਤੁਹਾਨੂੰ ਸਾਰਿਆਂ ਨੂੰ ਪਤਾ ਹੈ 1908, 1909, 1907 ਦੇ ਵਿੱਚ ਤਾਂ ਚਲੋ ਦੱਸ ਹੀ ਦੇਵਾਂ ਕਿ ਸੂਰਤ ਸਪਲਿਟ ਹੋਇਆ ਸੀ, ਜਿਸ ਦੇ ਵਿੱਚ ਕੀ ਆ ਗਰਮ ਦਲ ਅਤੇ ਨਰਮ ਦਲ ਵਾਲੇ ਅੱਡ ਹੋ ਗਏ ਸਨ। ਉਸ ਤੋਂ ਬਾਅਦ 1908 ਦੇ ਵਿੱਚ ਤਾਂ ਮੁਜ਼ੱਫਰਪੁਰ ਕੇਸ ਹੋਇਆ ਸੀ, ਵੈਰੀ ਵੈਰੀ ਇੰਪੋਰਟੈਂਟ। ਅਤੇ 1909 ਦੀ ਗੱਲ ਕੀਤੀ ਜਾਵੇ, ਆ ਜਾਂਦੇ ਆਪਾਂ ਆਪਣੇ ਪੁਆਇੰਟ 'ਤੇ। 1906 ਦੇ ਵਿੱਚ ਤਾਂ ਮੁਸਲਿਮ ਲੀਗ ਬਣ ਗਈ ਸੀ ਅਤੇ ਆ 6 ਨੂੰ ਪੁੱਠਾ ਕਰ ਦਿੱਤਾ ਤਾਂ 9 ਬਣ ਗਿਆ। ਤਾਂ 1909 ਦੇ ਵਿੱਚ ਕੀ ਆ ਇਹਨਾਂ ਦੀ ਕੀ ਆ ਗੱਲ ਮੰਨ ਲਈ ਸੀ, ਇਹਨਾਂ ਨੂੰ ਮਿੱਠੀ ਗੋਲੀ ਦੇ ਦਿੱਤੀ, 16 ਤੋਂ 60 ਸੀਟਾਂ ਕਰ ਦਿੱਤੀਆਂ ਗਈਆਂ ਸਨ ਮੁਸਲਮਾਨਾਂ ਦੀਆਂ। ਇਹ ਤੁਸੀਂ ਯਾਦ ਰੱਖਣਾ, ਮਤਲਬ ਕਿ ਜੋ ਮੰਗ ਇਹਨਾਂ ਨੇ ਇੱਥੇ ਕੀਤੀ ਸੀ ਉਹ ਪੂਰੀ ਕੀਤੀ ਸੀ 1909 ਦੇ ਵਿੱਚ, ਇਹ ਤੁਸੀਂ ਯਾਦ ਰੱਖਣਾ ਹੈ। ਤਾਂ ਇਹਨਾਂ ਨੇ ਕਿਹਾ 1906 ਦੇ ਵਿੱਚ ਅਖਿਲ ਭਾਰਤੀ ਮੁਸਲਿਮ ਲੀਗ ਦੀ ਸਥਾਪਨਾ ਕਿਹਾ ਹੈ ਇਹਨਾਂ ਨੇ। ਤਾਂ ਸਥਾਪਨਾ ਦੀ ਗੱਲ ਆ ਜਾਵੇ ਤਾਂ ਢਾਕਾ ਦਾ ਨਵਾਬ ਸੀ ਨਵਾਬ ਸਲੀਮੁੱਲਾ ਖਾਂ, ਇਸਦਾ ਰਾਈਟ ਆਂਸਰ ਹੈ। ਜੇਕਰ ਪ੍ਰਧਾਨ ਦੀ ਗੱਲ ਆਈ ਤਾਂ ਆਗਾ ਖਾਂ ਉਹਦਾ, ਬਟ ਇੱਥੇ ਕੀ ਆ ਰਾਈਟ ਆਂਸਰ ਸਲੀਮੁੱਲਾ ਖਾਂ ਆਵੇਗਾ, ਸਲੀਮੁੱਲਾ ਖਾਂ ਇਸਦਾ ਰਾਈਟ ਆਂਸਰ ਹੋਵੇਗਾ ਦੋਸਤੋ। ਅੱਗੇ ਕਹਿੰਦਾ ਸਾਈਮਨ ਕਮਿਸ਼ਨ ਦਾ ਮੁੱਖ ਉਦੇਸ਼ ਕੀ ਸੀ। ਤਾਂ ਸਾਈਮਨ ਕਮਿਸ਼ਨ ਦੀ ਗੱਲ ਕੀਤੀ ਜਾਵੇ ਤਾਂ ਉਹਦਾ ਮੁੱਖ ਉਦੇਸ਼ ਕੀ ਸੀ, ਸਭ ਤੋਂ ਪਹਿਲਾਂ ਤਾਂ ਦੋਸਤੋ ਪਤਾ ਹੋਣਾ ਚਾਹੀਦਾ ਕਿ 1927 ਦੇ ਵਿੱਚ ਇਹ ਕੀ ਆ ਬਣਾਇਆ ਗਿਆ ਸੀ ਅਤੇ 1928 ਦੇ ਵਿੱਚ ਇਹ ਕੀ ਆ ਇੰਡੀਆ ਦੇ ਵਿੱਚ ਆਇਆ ਸੀ। ਇੰਡੀਆ ਦੇ ਵਿੱਚ ਕਿੱਥੇ ਆਇਆ ਸੀ ਇਹ ਵੀ ਪਤਾ ਹੋਣਾ ਚਾਹੀਦਾ। ਸਭ ਤੋਂ ਪਹਿਲਾਂ ਬੰਬੇ ਆਇਆ ਅਤੇ ਫਿਰ ਆਇਆ ਸੀ ਲਾਹੌਰ ਦੇ ਵਿੱਚ, ਪਰ ਹੋਇਆ ਦੋਨਾਂ ਥਾਵਾਂ 'ਤੇ ਵਿਰੋਧੀ ਆ। ਬਸ ਬੰਬੇ ਵਾਲਿਆਂ ਨੇ ਲੀੜੇ ਪਾੜ ਦਿੱਤੇ ਅਤੇ ਲਾਹੌਰ ਵਾਲਿਆਂ ਨੇ ਕੀ ਆ ਵੈਸੇ ਹੀ ਅੰਦੋਲਨ ਕੀਤਾ ਸੀ, ਡੰਡੇ ਖਾਧੇ ਸੀ, ਕੁਛ ਨਹੀਂ ਕੀਤਾ। ਅਤੇ ਉੱਥੇ ਕੀ ਆ ਲਾਲਾ ਲਾਜਪਤ ਰਾਏ ਦੀ ਕੀ ਆ ਡੈਥ ਹੋ ਗਈ ਸੀ, ਇਹ ਵੀ ਤੁਸੀਂ ਜਾਣਨਾ। ਲਾਠੀ ਚਾਰਜ ਕਰਕੇ ਹੋਈ ਸੀ ਅਤੇ ਭਗਤ ਸਿੰਘ ਨੇ ਬਦਲਾ ਲਿਆ ਸੀ, ਇਹ ਵੀ ਤੁਸੀਂ ਯਾਦ ਰੱਖਣਾ ਹੈ। ਅਤੇ ਦੋਸਤੋ ਇੱਥੇ ਕਹਿ ਰਿਹਾ ਕਿ ਸਾਈਮਨ ਕਮਿਸ਼ਨ ਦਾ ਮੁੱਖ ਉਦੇਸ਼ ਕੀ ਸੀ। ਉਹਦਾ ਮੁੱਖ ਉਦੇਸ਼ ਇਹੀ ਸੀ ਕਿ ਸੰਵਿਧਾਨ ਸੁਧਾਰ ਦੇ ਪ੍ਰੇਸ਼ਨ 'ਤੇ ਉਪਚਾਰਕ ਰੂਪ ਤੋਂ ਸ਼ਾਮਿਲ ਹੋਣਾ, ਚੋਣਾਂ ਦੀ ਦ੍ਰਿਸ਼ਟੀ ਤੋਂ ਉਹਨਾਂ ਰਾਜਾਂ ਨੂੰ ਨਿਸ਼ਚਿਤ ਕਰਨ ਦੇ ਲਈ ਜਿਸ ਵਿੱਚ ਭਾਰਤ ਨੂੰ ਡੋਮੀਨੀਅਨ ਦਾ ਦਰਜਾ ਦਿੱਤਾ ਜਾ ਸਕੇ। ਤਾਂ ਇਸਦਾ ਰਾਈਟ ਆਂਸਰ ਹੈ ਸੰਵਿਧਾਨ ਸੁਧਾਰ ਦੇ ਪ੍ਰੇਸ਼ਨ 'ਤੇ ਉਪਚਾਰਕ ਰੂਪ ਤੋਂ ਸ਼ਾਮਿਲ ਹੋਣਾ, ਇਸਦਾ ਰਾਈਟ ਆਂਸਰ ਹੈ। ਕਿਉਂਕਿ ਸੰਵਿਧਾਨ ਬਣਾਉਣਾ ਸੀ ਤਾਂ ਉਹਨਾਂ ਦੇ ਵਿੱਚ ਕਾਫੀ ਗੱਲਾਂ ਕੀ ਆ ਜੋ ਕਰਨੀਆਂ ਸਨ, ਉਹ ਸਾਈਮਨ ਕਮਿਸ਼ਨ ਇਸੇ ਕਰਕੇ ਆਇਆ ਸੀ। ਵੈਰੀ ਵੈਰੀ ਇੰਪੋਰਟੈਂਟ ਦੋਸਤੋ, ਇਸਦਾ ਰਾਈਟ ਆਂਸਰ ਕੀ ਸੀ ਦੋਸਤੋ, ਸੰਵਿਧਾਨ ਇਸਦਾ ਕੀ ਆ ਸੰਵਿਧਾਨ ਸੁਧਾਰ ਦੇ ਪ੍ਰੇਸ਼ਨ ਇਸਦਾ ਬਿਲਕੁਲ ਰਾਈਟ ਆਂਸਰ ਸੀ। ਅੱਗੇ ਚੱਲਦੇ ਹਾਂ ਦੋਸਤੋ, ਕੁਸ਼ਚਨ ਕਹਿੰਦਾ ਹੈ ਕਿ 1916 ਵਿੱਚ ਗਾਂਧੀ ਜੀ ਨੂੰ ਨੀਲ ਕਿਸਾਨਾਂ ਦੀ ਪੀੜਾ ਨਿਵਾਰਨ ਲਈ ਬੁਲਾਉਣ ਵਾਲਾ ਵਿਅਕਤੀ ਕੌਣ ਸੀ। ਤਾਂ ਸਾਰਿਆਂ ਨੂੰ ਪਤਾ ਹੁਣ ਦੇਖੋ 1916 ਪਾਇਆ ਹੋਇਆ ਹੈ ਤਾਂ ਬੁਲਾਇਆ ਕਿਸਨੇ ਸੀ 1916 ਦੇ ਵਿੱਚ ਦੋਸਤੋ, ਉਹ ਸੀ ਰਾਜ ਕੁਮਾਰ ਸ਼ੁਕਲਾ ਨੇ ਬੁਲਾਇਆ ਸੀ 1916 ਦੇ ਵਿੱਚ। ਯਾਦ ਰੱਖਣਾ 1917 ਨਾ ਲਾਉਣਾ ਉੱਥੇ, ਜੇਕਰ ਕੁਸ਼ਚਨ ਐਗਜ਼ਾਮੀਨਰ ਨੇ ਉਲਟ ਕਰਕੇ ਪਾ ਦਿੱਤਾ ਦੋਸਤੋ। 1916 ਦੇ ਵਿੱਚ ਬੁਲਾਇਆ ਸੀ ਅਤੇ 1917 ਦੇ ਵਿੱਚ ਫਿਰ ਕੀ ਕੀਤਾ ਗਾਂਧੀ ਜੀ ਨੇ, ਕਿਹਾ ਠੀਕ ਹੈ ਭਾਈ ਮੈਂ  1917 'ਚ ਅੰਦੋਲਨ ਕਰਾਂਗਾ ਅਤੇ ਉਹ ਵੀ ਚੰਪਾਰਨ ਵਿਖੇ ਕਰਾਂਗਾ। ਤਾਂ ਇਸੇ ਕਰਕੇ ਕੀ ਆ ਉਸਦਾ ਨਾਂ ਪਏ ਚੰਪਾਰਨ ਸੱਤਿਆਗ੍ਰਹਿ ਪੈ ਗਿਆ ਸੀ। ਇਹ ਨੀਲ ਦੀ ਖੇਤੀ ਦੇ ਵਿਰੁੱਧ ਸੀ, ਨੀਲ ਖੇਤੀ ਦੇ ਕੀ ਹੈ ਓਪੋਜ਼ਿਟ ਸੀ, ਵਿਰੁੱਧ ਸੀ, ਕਿਉਂਕਿ ਤੀਨ ਕਠੀਆ ਸਿਸਟਮ ਸੀ ਜੋ ਕਿ ਅੰਗਰੇਜ਼ ਚਲਾਉਣਾ ਚਾਹੁੰਦੇ ਸਨ, ਬਟ ਕੀ ਹੈ ਇਹ ਕਹਿੰਦੇ ਅਸੀਂ ਨਹੀਂ ਚਲਾਉਣਾ ਅਤੇ ਇਸ ਕਰਕੇ ਕੀ ਹੈ ਅੰਦੋਲਨ ਹੋ ਗਿਆ ਸੀ। ਅਤੇ ਉਦੋਂ ਜੇਕਰ ਦੇਖਿਆ ਜਾਵੇ ਵੋਇਸ ਰੋਏ ਕੌਣ ਸੀ ਦੋਸਤੋ, ਤਾਂ ਉਹ ਸੀ ਫੋਰਡ ਟਰੈਕਟਰ ਚੱਲਦਾ ਖੇਤਾਂ ਦੇ ਵਿੱਚ, ਤਾਂ ਚੈਮਸ ਫੋਰਡ ਜੋ ਸੀ ਉਦੋਂ ਦੋਸਤੋ ਵੋਇਸ ਰੋਏ ਸੀ। ਤਾਂ ਫੋਰਡ ਤੋਂ ਯਾਦ ਰੱਖਣਾ ਹੈ ਕਿ ਖੇਤੀ 'ਤੇ ਨਿਰਭਰ ਸੀ, ਕਿਸਾਨਾਂ ਦੇ ਨਾਲ ਗੱਲ ਚੱਲ ਰਹੀ, ਤਾਂ ਚੈਮਸ ਫੋਰਡ ਇਸਦਾ ਰਾਈਟ ਆਂਸਰ ਹੈਗਾ ਦੋਸਤੋ। ਟ੍ਰਿਕ ਹੈ ਇਹ, ਚੈਮਸ ਫੋਰਡ ਮਤਲਬ ਕੀ ਹੈ ਫੋਰਡ ਟਰੈਕਟਰ, ਤੁਸੀਂ ਯਾਦ ਰੱਖਣਾ ਹੈ।
ਤਾਂ ਇਹ ਸੀ ਦੋਸਤੋ ਘੈਂਟ ਜਿਹੇ ਕੁਸ਼ਚਨ, ਤੁਹਾਨੂੰ ਕਿਸ ਤਰ੍ਹਾਂ ਦੇ ਲੱਗੇ, ਤੁਹਾਡੇ ਕਿੰਨੇ ਮਾਰਕਸ ਬਣੇ। PSSB ਦੇ ਪੇਪਰਾਂ ਵਿੱਚ ਇਹ ਕੁਸ਼ਚਨ ਪੁੱਛੇ ਜਾਂਦੇ ਹਨ। ਇਹ ਸਾਰੀਆਂ ਗੱਲਾਂ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਵਿੱਚ ਦੱਸਣਾ। ਘੈਂਟ ਲੱਗੇ ਤਾਂ ਵੀਡੀਓ ਨੂੰ ਜਿਨ੍ਹਾਂ ਨੇ ਲਾਈਕ ਨਹੀਂ ਕੀਤਾ ਕਰ ਦੇਣਾ, ਅਤੇ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹਜੇ ਤੱਕ ਉਹ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦੇਣ, ਕਿਉਂਕਿ ਬਹੁਤ ਹੀ ਘੈਂਟ ਘੈਂਟ ਕੁਸ਼ਚਨ ਇੱਥੇ ਤੁਹਾਨੂੰ ਦੇਖਣ ਨੂੰ ਮਿਲਣਗੇ। ਤਾਂ ਮਿਲਦੇ ਹਾਂ ਆਪਾਂ ਕਿਸੇ ਘੈਂਟ ਜੀ ਹੋਰ ਵੀਡੀਓ ਦੇ ਵਿੱਚ। ਤਦ ਤੱਕ ਲਈ ਦੋਸਤੋ ਸਤਿ ਸ਼੍ਰੀ ਅਕਾਲ ਜੀ।